ਜੋ ਲੋਕ ਸਿੱਧੂ ਮੂਸੇਵਾਲਾ ਨੂੰ ਆਖਦੇ ਸੀ ਬੂਸਟ ਲਗਾ ਕੇ ਚਲਾਉਂਦਾ ਹੈ ਆਪਣੇ ਗਾਣੇ ਹੁਣ ਉਹ ਲੋਕ ਦੇਖ ਲੈਣ ਸਿੱਧੂ ਦੀ ਚੜ੍ਹਾਈ ਆ ਦੇਖੋ ਕਿਵੇਂ YouTube ਤੇ ਇੱਕ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਸਿੱਧੂ ਮੂਸੇਵਾਲਾ ਨੇ ਸਚਿੜਾ ਕਾਲ ਤੁਸੀਂ ਜੁੜੇ ਹੋ ਐਨਆਰਆਈ ਪੰਜਾਬੀ ਟੀਵੀ ਦੇ ਨਾਲ ਇੱਕ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਜੋ ਕਿ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੈ ਸਿੱਧੂ ਮੂਸੇਵਾਲਾ ਜਿਸ ਦੀ ਕੀ ਮੌਤ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਸਿੱਧੂ ਦੀ ਚੜ੍ਹਾਈ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਬਹੁਤ ਲੋਕ ਅਜੇ ਹੈ ਸੀ ਜਿਨ੍ਹਾਂ ਨੇ ਕਿ ਸਿੱਧੂ ਦੇ ਜਦੋਂ ਦੁਨੀਆ ਤੇ ਸੀ ਉਸ ਨੂੰ ਬਹੁਤ ਮਾੜਾ ਚੰਗਾ ਆਖਿਆ ਤੇ ਲੋਕ ਇਹ ਵੀ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਿੱਧੂ ਮੂਸੇਵਾਲਾ ਦੇ ਗਾਣੇ ਜਿੰਨੇ ਜ਼ਿਆਦਾ ਸੁਪਰ ਹਿੱਟ ਹੁੰਦੇ ਨੇ ਇਸ ਦੇ ਪਿੱਛੇ ਦਾ ਇੱਕ ਕਾਰਨ ਹੈ ਕਿ ਸਿੱਧੂ ਬੂਸਟ ਲਗਾ ਕੇ ਆਪਣੇ ਚੈਨਲ ਦੇ ਉੱਤੇ ਇਹ ਗਾਣੇ ਅਪਲੋਡ ਕਰਦਾ ਇਸੇ ਕਾਰਨ ਸਿੱਧੂ ਨੂੰ ਕਾਫੀ ਦਾ ਦਾ ਵਿਊਜ਼ ਆਉਂਦੇ ਨੇ ਪਰ ਉਹਨਾਂ ਲੋਕਾਂ ਦੀ ਬੋਲਤੀ ਉਸ ਵੇਲੇ ਬੰਦ ਹੋਈ ਜਦ ਸਿੱਧੂ ਦੀ ਮੌਤ ਤੋਂ ਬਾਅਦ ਵੀ ਉਸ ਦੇ ਦੋ ਗਾਣੇ ਰਿਲੀਜ਼ ਕੀਤੇ ਗਏ ਤਾਂ ਸਿੱਧੂ ਦੇ ਉਹਨਾਂ ਗਾਣਿਆਂ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਮਿਲੀਅਨਸ ਦੇ ਵਿੱਚ ਵਿਊ ਆਨ ਲੱਗ ਗਏ ਸੀ ਜਿਹੜਾ کافی ਵੱਡੀ ਗੱਲ ਹੈ ਇਹ ਕਿ ਮਿਲੀਅਨਸ ਦੇ ਵਿੱਚ ਕੁਝ ਹੀ ਸਮੇਂ 'ਚ ਵਿਊ ਜੜਿਆ ਉਸ ਸਿੱਧੂ ਦੇ ਗਾਣੇ ਦੇ ਉਨ ਲੱਗ ਗਏ ਹੁਣ ਇੱਕ ਵੱਡੀ ਖੁਸ਼ਖਬਰੀ ਤੁਹਾਨੂੰ ਦੇਣ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਪਹਿਲਾ ਐਸਾ ਕਲਾਕਾਰ ਬਣਿਆ ਜਿਸਨੇ ਕਿ YouTube ਦੇ ਉੱਤੇ 500 ਕਰੋੜ ਵਿਊਜ਼ ਕੰਪਲੀਟ ਕੀਤੇ ਹੋਣ ਜਿਹੜਾ ਇਸ ਵੇਲੇ ਸਿੱਧੂ ਦੇ ਮਾਪੇ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਮਾਪੇ ਕਾਫੀ ਜ਼ਿਆਦਾ ਇਸ ਵੇਲੇ ਪਾਵਕ ਹੁੰਦੇ ਹੋਏ ਵੀ ਨਜ਼ਰ ਆਏ ਨੇ ਪਰ ਉਹਨਾਂ ਦਾ ਪੁੱਤ ਇਸ ਖੁਸ਼ੀ ਨੂੰ ਮਨਾਉਣ ਦੇ ਲਈ ਅੱਜ ਉਹਨਾਂ ਦੇ ਵਿਚਕਾਰ ਨਹੀਂ ਹੈ ਲੋਕਾਂ ਨੇ ਸਿੱਧੂ ਦੇ ਗਾਣਿਆਂ ਨੂੰ ਇੰਨਾ ਕ ਜ਼ਿਆਦਾ ਸੁਣਿਆ ਹੈ ਕਿ ਉਸਦੇ ਗਾਣਿਆਂ ਦੇ ਸਾਰੇ ਵਿਊਜ਼ ਜਾਂ ਦੇ ਕਿਨੇ ਗਏ ਤੇ 500 ਕਰੋੜ ਵਿਊ ਜਿਹੜੇ ਆ ਉਹ ਸਿੱਧੂ ਦੇ ਆਪਣੇ YouTube ਤੇ ਪਰਸਨਲ ਚੈਨਲ ਦੇ ਉੱਤੇ ਆਏ ਜਿਸ ਤੋਂ ਬਾਅਦ ਸਿੱਧੂ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ ਕਿ ਇੰਨੇ ਵਿਊਜ਼ ਲੈਣ ਵਾਲਾ ਉਹ ਪਹਿਲਾ ਕਲਾਕਾਰ ਬਣ ਗਿਆ ਸਿੱਧੂ ਦੀ ਚੜ੍ਹਾਈ ਵੇਖ ਕੇ ਲੋਕ ਉਸ ਦਾ ਕਾਫੀ ਜ਼ਿਆਦਾ ਪਹਿਲੇ ਸਮੇਂ ਦੇ ਵਿੱਚ ਮਜ਼ਾਕ ਵੀ ਉਡਾਉਂਦੇ ਸੀ ਤੇ ਉਸ ਦੇ ਕਾਫੀ ਜ਼ਿਆਦਾ ਵਿਰੋਧੀ ਵੀ ਸੀ ਸਿੱਧੂ ਦੀ ਮੌਤ ਤੋਂ ਬਾਅਦ ਜਿੱਥੇ ਸਿੱਧੂ ਨੂੰ ਕਾਫੀ ਜ਼ਿਆਦਾ ਲੋਕਾਂ ਦਾ ਪਿਆਰ ਮਿਲਿਆ ਲੋਕ ਉਸ ਦੀ ਲਗਾਤਾਰ ਤਾਰੀਫ਼ ਕਰਦੇ ਸੀ ਲੋਕਾਂ ਦਾ ਕਹਿਣਾ ਸੀ ਕਿ ਕਿਵੇਂ ਸਿੱਧੂ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਇੱਕ ਬ੍ਰਾਂਡ ਬਣਾਇਆ ਹੈ ਕਿਵੇਂ ਸਿੱਧੂ ਨੂੰ ਦੁਨੀਆ ਦੇ ਕੋਨੇ-ਕੋਨੇ ਲੋਕ ਜਾਣਦੇ ਨੇ ਉਸ ਨੂੰ ਕਿੰਨਾ ਪਿਆਰ ਕਰਦੇ ਨੇ ਸਿੱਧੂ ਦੇ ਲਈ ਲੋਕਾਂ ਦੇ ਮਨ ਵਿੱਚ ਜੋ ਪਿਆਰ ਸੀ ਉਹ ਪਿਆਰ ਹੁਣ ਇੰਜ ਵੇਖਣ ਨੂੰ ਮਿਲਿਆ ਹੈ ਕਿ ਸਿੱਧੂ ਦੇ YouTube ਚੈਨਲ ਤੇ 500 ਕਰੋੜ ਵਿਊਜ਼ ਆਏ ਨੇ ਸਿੱਧੂ ਦਾ ਇਹ ਪਰਸਨਲ ਚੈਨਲ ਆ YouTube ਤੇ ਜਿਸ ਨੂੰ ਕੀ ਕੁਝ ਸਮਾਂ ਪਹਿਲਾਂ ਡਾਇਮੰਡ ਬਟਨ ਵੀ ਮਿਲਿਆ ਸੀ ਤੇ ਹੁਣ ਸਿੱਧੂ ਨੂੰ 500 ਕਰੋੜ ਵਿਊਜ਼ ਜਿੱਥੇ ਦਿੱਤੇ ਗਏ ਨੇ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਸਿੱਧੂ ਨੇ ਤਾਂ ਪਹਿਲਾ ਕਲਾਕਾਰ ਬਣ ਗਿਆ ਜਿਸ ਦੀ ਕੀ YouTube ਚੈਨਲ ਦੇ ਉੱਤੇ ਐਨੇ ਜ਼ਿਆਦਾ ਵਿਊਜ਼ ਆਏ ਹੋਣ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤੇ ਉਸ ਦੀ سپورਟ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਾਓ ਲੋਕ ਪਹਿਲਾਂ ਸਿੱਧੂ ਨੂੰ ਮਾੜਾ ਬੋਲਦੇ ਸੀ ਉਹਨਾਂ ਲੋਕਾਂ ਨੂੰ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲਾ ਆਖਿਰਕਾਰ ਦੁਨੀਆ ਦੇ ਵਿੱਚ ਕਿਵੇਂ ਆਪਣਾ ਨਾਮ ਬਣਾ ਕੇ ਗਿਆ ਹੈ